ਕਾਲੇ ਕਾਨੂੰਨ ਸਮਾਪਤ ਕਰਾਉਣ ਵਾਸਤੇ ਉਸ ਵਿਸ਼ੇ ਦੇ ਉੱਤੇ ਵਿਚਾਰ ਵਟਾਂਦਰਾ ਕਰਨ ਤੋਂ ਪਹਿਲਾਂ ਸਰਬਸੰਮਤੀ ਦੇ ਨਾਲ ਨਿੰਦਾ ਪ੍ਰਸਤਾਵ ਜਿਹੜਾ ਲੱਖਾਂ ਸਧਾਣਾ ਦੇ ਕਜ਼ਨ ਬ੍ਰਦਰ ਦੇ ਉੱਤੇ ਮੁੰਡੇ ਦਾ ਨਾਮ ਸ਼ਾਇਦ ਨਿਕਨੇਮ ਮੁੰਡੀ ਹੈਗਾ ਉਹਦੇ ਉੱਤੇ ਅਣਮਨੁੱਖੀ ਤਸ਼ੱਦਦ ਪਾਇਆ ਜਦੋਂ ਕੋਈ ਨਿਆਂ ਪਸੰਦ ਬੰਦਾ ਉਹਦੀ ਵੀਡੀਓ ਦੇਖਦਾ ਤੇ ਰੌਂਗਟੇ ਖੜੇ ਹੋ ਜਾਂਦੇ ਆ ਸੋ ਅਸੀਂ ਇਹ ਅਣਮਨੁੱਖੀ ਢਾਏ ਗਏ ਤਸ਼ੱਦਦ ਦੀ ਹੋਰ ਸ਼ਬਦਾਂ ਦੇ ਵਿੱਚ ਲੋਕ ਇਨਸਾਫ਼ ਪਾਰਟੀ ਨਿੰਦਾ ਕਰਦੀ ਹੈ ਦੁੱਖ ਤੇ ਅਫਸੋਸ ਕਿ ਉਹ ਲੋਕ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਉਣ ਦੇ ਵਿੱਚ ਲਾਸਾਨੀ ਕੁਰਬਾਨੀਆਂ ਦੇਣ ਤੋਂ ਬਾਅਦ ਦੇਸ਼ ਆਜ਼ਾਦ ਹੋ ਗਿਆ ਤੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਖਾਤਰ ਉਹ ਪੰਜਾਬੀ ਜਿਨ੍ਹਾਂ ਨੇ ਨਾ ਸਰਦੀ ਨਾ ਗਰਮੀ ਨਾ ਧੁੱਪ ਨਾ ਛਾਂ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ ਅੱਜ ਦੇਸ਼ ਦਾ ਕਿਸਾਨ ਆਪਣੇ ਹੱਕ ਲੈਣ ਵਾਸਤੇ ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ ਕੋਈ ਲੋਕਤੰਤਰ ਪ੍ਰਕਿਰਿਆ ਦੇ ਵਿੱਚ ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਰੱਖਣੀ ਚਾਹੁੰਦਾ ਤੇ ਦੇਸ਼ ਦੀ ਤਾਨਾਸ਼ਾਹ ਸਰਕਾਰ ਇਸ ਤਰੀਕੇ ਦੇ ਤਸ਼ੱਦਦ ਸੋ ਅਸੀਂ ਨਿੰਦਾ ਕਰਦੇ ਹਾਂ ਇਸ ਗੱਲ ਦੀ ਲੋਕ ਇਨਸਾਫ਼ ਪਾਰਟੀ ਨਿੰਦਾ ਕਰਦੀ ਹੈ ਤੇ ਇੱਕ ਗੱਲ ਦੀ ਚੇਤਾਵਨੀ ਮੋਦੀ ਦੀ ਸਰਕਾਰ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੜਦਾ ਸੀ ਦੂਨ ਸਵਾਏ ਹੋਏ ਸਾਡਾ ਗੌਰਵਮਈ ਵਿਰਸਾ ਮੋਦੀ ਸਾਹਿਬ ਸਾਡਾ ਇਮਤਿਹਾਨ ਨਾ ਲਓ ਇਹ ਜ਼ਰੂਰ ਹੈ ਕਿ ਜਿਸਮਾਨੀ ਤੌਰ 'ਤੇ ਅੱਜ ਸਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤਸ਼ੱਦਦ ਸਾਡੇ ਵੱਲੋਂ ਢਾਏ ਜਾ ਰਹੇ ਆ ਪਰ ਇਹ ਤੁਹਾਡੇ ਦੁਆਰਾ ਢਾਏ ਜਾ ਰਹੇ ਤਸ਼ੱਦਦ ਸਾਡੇ ਅੰਦੋਲਨ ਦੀ ਇੱਕ ਤਾਕਤ ਹੈ ਖੁਰਾਕ ਹੈਗੀ ਆ ਅੰਦੋਲਨ ਹੋਰ ਤਾਕਤਵਰ ਹੋਏਗਾ ਅਤੇ ਤੁਹਾਨੂੰ ਇਹ ਜਿਹੜੇ ਕਾਨੂੰਨ ਵਾਪਸ ਲੈਣੇ ਪੈਣਗੇ ਤਾਂ ਕਿਤੇ ਤੁਸੀਂ ਦੇਸ਼ ਦੇ ਲੋਕਾਂ ਦੀ ਗੱਲ ਮੰਨ ਕੇ ਈ ਵੀ ਐਮ ਪਰੇ ਕਰਕੇ ਬੈਲਟ ਪੇਪਰ 'ਤੇ ਵੋਟਾਂ ਪਵਾ ਲਵੋ ਤੁਹਾਨੂੰ ਤੁਹਾਡੀ ਦੇਸ਼ ਦੇ ਲੋਕ ਔਕਾਤ